ਆਪਾਂ ਖੜੇ ਆ ਹੁਣੀ ਇੱਥੇ ਆਪਾਂ ਖੜੇ ਆ ਵੈਡਰ ਰਿਵਰ ਤੇ ਚਿਲੀ ਬੈਕ ਦੇ ਵਿੱਚ ਇਹ ਬਹੁਤ ਸੋਹਣੀ ਥਾਂ ਤੁਹਾਨੂੰ ਦੇਵਾਂਗਾ ਥੋੜੀਆਂ ਟਿਪਸ ਵੀ ਪਾਣੀ ਚੋਂ ਬਚਣਾ ਜਿਵੇਂ ਵੀ ਪਾਣੀ ਡੇਂਜਰਸ ਹੋ ਸਕਦਾ ਅਤੇ ਆਪਾਂ ਉਹਦਾ ਬਚਾ ਕਿਵੇਂ ਕਰ ਸਕੀਏ ਅਤੇ ਕਾਹ 'ਤੇ ਇਹ ਜਿਵੇਂ ਬੰਦੇ ਡੁੱਬਦੇ ਆ ਪਾਣੀ ਦੇ ਵਿੱਚ ਅਤੇ ਮਰ ਜਾਂਦੇ ਅਤੇ ਉਹਨਾਂ ਦੀ ਜਿਵੇਂ ਇੱਦਾਂ ਦੀਆਂ ਹੁੰਦੇ ਆ ਚੀਜ਼ਾਂ ਅਤੇ ਮੈਂ ਤੁਹਾਨੂੰ ਟਿਪਸ ਦਿੰਦਾ ਵੀ ਆਪਾਂ ਨੂੰ ਪਾਣੀ ਆਪਾਂ ਨੂੰ ਜਿਵੇਂ ਆਪਾਂ ਨੂੰ ਚਾਹੀਦਾ ਹੁੰਦਾ ਪੂਰਾ ਚਾਹੀਦਾ ਆਪਾਂ ਨੂੰ ਜਿਉਣ ਲਈ ਚਾਹੀਦਾ ਹੁੰਦਾ ਪਰ ਕਈ ਵਾਰੀ ਆਪਾਂ ਨੂੰ ਮਾਰ ਵੀ ਦਿੰਦਾ ਉਹ ਆਪਣੇ ਲਈ ਡੇਂਜਰਸ ਵੀ ਆ ਆਪਾਂ ਨੂੰ ਚਾਹੀਦਾ ਵੀ ਪਾਣੀ ਜਿਵੇਂ ਆਹ ਦੇਖੋ ਇੱਥੇ ਜਿਵੇਂ ਮੈਂ ਤੁਹਾਨੂੰ ਹੁਣ ਹੁਣੇ ਦਿਖਾਊਂਗਾ ਆਹ ਜਿਹੜਾ ਪਾਣੀ ਆ ਇਹ ਕਿੰਨਾ ਸ਼ਾਂਤ ਲੱਗਦਾ ਪਰ ਤੁਹਾਨੂੰ ਪਤਾ ਨਹੀਂ ਕਦੋਂ ਤੁਸੀਂ ਆ ਇੰਨੇ ਰਫ ਪਾਣੀ ਦੇ ਵਿੱਚ ਦਰਿਆ ਕਿੰਨੀ ਤੇਜ਼ ਵਗ ਰਿਹਾ ਤੁਸੀਂ ਚਲੇ ਜਾਣਾ ਇਹ ਪਾਣੀ ਕਿਉਂਕਿ ਤੁਹਾਨੂੰ ਸੱਚੀ ਨਹੀਂ ਪਤਾ ਲੱਗਦਾ ਕਿਉਂ ਤੁਸੀਂ ਉਹਦੇ ਵਿੱਚ ਵੜ ਜਾਂਦੇ ਹੋ ਆਹ ਪਾਣੀ ਦੇ ਵਿੱਚ ਜਿਹੜਾ ਆਪਣੇ ਪਿੱਛੇ ਆ ਆਹ ਨਿੱਕੀ ਜਿਹੀ ਵਧੀਆ ਸ਼ਾਂਤ ਏਰੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਇਹਦੇ ਵਿੱਚ ਵੜਦੇ ਹੋ ਉੱਥੋਂ ਕਰੰਟ ਸ਼ੁਰੂ ਹੋ ਜਾਂਦਾ ਉਹ ਪੱਥਰ ਕੋਲੋਂ ਅਤੇ ਉੱਥੋਂ ਅਸੀਂ ਡੁੱਬਦੇ ਅਤੇ ਦੂਜੀ ਗੱਲ ਜਿਹੜੀ ਇੱਥੇ ਹੈਗੇ ਆ ਵੀ ਤੁਹਾਨੂੰ ਸਪੀਡ ਤੁਹਾਨੂੰ ਬਹੁਤ ਸਲੋਅ ਲੱਗਦੀ ਹੁੰਦੀ ਆ ਰਿਵਰ ਦੀ ਵੀ ਬਹੁਤ ਸਲੋਅ ਆ ਰਿਵਰ ਪਰ ਐਕਚੁਅਲੀ ਉਹ ਬਹੁਤ ਜ਼ਿਆਦਾ ਤੇਜ਼ ਚੱਲਦਾ ਅਤੇ ਨਾਲੇ ਇੱਕ ਗੱਲ ਹੋਰ ਜਿੰਨੇ ਮਰਜ਼ੀ ਤੁਸੀਂ ਐਕਸਪਰਟ ਹੋਇਓ ਜੇ ਪਰ ਪਾਣੀ ਨੇ ਤਾਂ ਤੁਹਾਨੂੰ ਲੈ ਜਾਣਾ ਨਾ ਬਹੁਤ ਤੇਜ਼ ਆ ਅਤੇ ਨਾਲੇ ਕਈ ਵਾਰੀ ਕਰੰਟ ਹੁੰਦਾ ਥੱਲਿਓਂ ਹੋਰ ਡਾਇਰੈਕਸ਼ਨ ਨੂੰ ਜਾ ਰਿਹਾ ਹੁੰਦਾ ਪਾਣੀ ਅਤੇ ਉੱਤੋਂ ਹੋਰ ਉਹਦੇ ਵਿੱਚ ਤੁਸੀਂ ਫਸ ਜਾਂਦੇ ਹੋ ਜਾਂ ਤੁਸੀਂ ਰੁੜ ਕੇ ਕਿਤੇ ਵੱਜ ਕੇ ਤੁਸੀਂ ਤੁਹਾਡਾ ਕੰਟਰੋਲ ਨਹੀਂ ਰਹਿੰਦਾ ਅਤੇ ਫਿਰ ਨਾਲੇ ਜੇ ਤੁਸੀਂ ਜਿਵੇਂ ਤੁਸੀਂ ਦੇਖਿਆ ਵੀ ਠੀਕ ਆ ਡੂੰਘਾ ਨਹੀਂ ਹੈਗਾ ਪਰ ਉੱਥੇ ਜਿਹੜੇ ਪੱਥਰ ਆ ਨਾ ਥੱਲੇ ਉਹਨਾਂ ਦੇ ਉੱਤੇ ਪਤਾ ਨਹੀਂ ਐਲਜੀ ਕਹਿੰਦੇ ਆ ਕੁਛ ਸਲਿਪਰੀ ਜਿਹਾ ਸਟੱਕ ਹੁੰਦਾ ਅਤੇ ਜੋ ਤੁਸੀਂ ਸਲਿਪ ਕਰਕੇ ਤੁਸੀਂ ਅਨਕੋਨਸ਼ੀਅਸ ਹੋ ਜਾਂਦੇ ਹੋ ਅਤੇ ਤੁਸੀਂ ਰੁੜ ਸਕਦੇ ਅਤੇ ਜੇ ਤੁਸੀਂ ਸਟੱਕ ਵੀ ਹੋ ਗਏ ਫਿਰ ਕੋਈ ਬਚਾ ਨਹੀਂ ਹੈਗਾ ਪਰ ਇਹ ਆਪਣੇ ਅੱਜ ਦਾ ਸੀਗਾ ਪਰ ਇਹ ਬਹੁਤ ਸੋਹਣੀ ਥਾਂ ਜਿਵੇਂ ਪਰ ਹਰੇਕ ਸਾਲ ਇੱਕ ਦੋ ਜਿਵੇਂ ਘੱਟੋ ਘੱਟ ਤਿੰਨ ਚਾਰ ਤਾਂ ਡੈਥਸ ਹੁੰਦੀਆਂ ਜਿਵੇਂ ਪਾਣੀ ਦੇ ਵਿੱਚ ਪਰ ਇਹ ਬਹੁਤ ਸੋਹਣੀ ਥਾਂ ਮੈਂ ਨਹੀਂ ਕਹਿੰਦਾ ਵੀ ਪਾਣੀ 'ਚ ਨਾ ਜਾਓ ਪਰ ਤੁਹਾਨੂੰ ਸ਼ੋਰ ਹੋਣਾ ਪੈਂਦਾ ਜਿਵੇਂ 180% ਸ਼ੋਰ ਹੋਣਾ ਪੈਂਦਾ ਵੀ ਤੁਸੀਂ ਇਹ ਪਾਣੀ ਸੇਫ ਆ ਜਿਵੇਂ ਇੱਕ ਗੋਲਡਨ ਈਅਰ ਲੇਕ ਆ ਉਹਦੇ ਵਿੱਚ ਵੀ ਲੋਕ ਡੁੱਬੇ ਹੋਏ ਆ ਅਤੇ ਉਹ ਬਹੁਤ ਸ਼ਾਂਤ ਲੇਕ ਆ ਉਹਦੇ ਵਿੱਚ ਹਰੇਕ ਬੰਦਾ ਹੀ ਸਮਰ ਦੇ ਵਿੱਚ ਜਾਂਦਾ ਮੈਂ ਵੀ ਗਿਆ ਹੋਇਆ ਅਤੇ ਇਹ ਅੱਜ ਦਾ ਆਪਣਾ ਸੀਗਾ ਵਧੀਆ ਟ੍ਰਿਪ ਅਤੇ ਬਹੁਤ ਵਧੀਆ ਇਹ ਮੈਂ ਹੁਣ ਪਾਉਣ ਲੱਗਿਆ ਵਧੀਆ ਕਲਿਪਸ ਅਤੇ ਤੁਸੀਂ ਪਲੀਜ਼ ਆਹ ਇੰਜੋਏ ਕਰਿਓ ਹੁਣ ਬਹੁਤ ਸੋਹਣੀ ਥਾਂ ਇਹ ਤੁਸੀਂ ਕੈਮਰੇ 'ਚ ਨਹੀਂ ਦੇਖ ਸਕਦੇ ਪਰ ਅਸੀਂ ਬਾਹਰ ਆ ਕੇ ਇੱਥੇ ਆਨੰਦ ਮਾਣੋ ਓਕੇ ਫਿਰ ਮਿਲਦੇ ਹਾਂ ਨੈਕਸਟ ਟਾਈਮ ਓਕੇ ਸਾਰੇ ਜਣੇ ਅੱਜ ਦਾ ਵਧੀਆ ਸੀ ਸਫ਼ਰ ਅਤੇ ਆਈ ਹੋਪ ਤੁਸੀਂ ਕੁਛ ਲਰਨ ਕੀਤਾ ਹੋਊਗਾ ਇਹ ਟਿਪਸ ਤੋਂ ਅਸੀਂ ਹੋਰ ਵੀ ਚੀਜ਼ਾਂ ਐਡਵੈਂਚਰਸ ਹਾਈਕਸ ਇੱਦਾਂ ਦੀਆਂ ਜਿਹੜੀਆਂ ਮੈਂ ਹੁਣੀ ਫੋਟੋ ਪਾਈ ਸੀ ਹਾਈਕਸ ਕਰਦੇ ਹਾਂ ਹੋਰ ਟ੍ਰੇਨਿੰਗ ਅਸੀਂ ਬਹੁਤ ਕੁਛ ਕਰਦੇ ਹਾਂ ਐਡਵੈਂਚਰਸ ਆਪਣੇ ਚੈਨਲ 'ਤੇ ਤੁਸੀਂ ਹੋਰ ਵੀ ਵੀਡੀਓਜ਼ ਚੈੱਕ ਆਊਟ ਕਰਿਓ ਓਕੇ ਫਿਰ ਮਿਲਦੇ ਹਾਂ ਅਗਲੀ ਵਾਰ